ਦੋਸਤੋ ਪੰਜਾਬ ਪੁਲਿਸ ਵਿੱਚ ਕਿਹੜੀ ਕਿਹੜੀ ਪੋਸਟਾਂ ਦੀ ਅਨਾਊਂਸਮੈਂਟ ਹੋਈ ਉਹ ਪ੍ਰਾਈਵੇਟ ਨੇ ਤੁਹਾਨੂੰ ਵੀਡੀਓ ਸ਼ੋਅ ਹੋ ਰਹੀ ਹੈ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਐਂਡ ਜੇ ਤੁਸੀਂ ਉਹਨਾਂ ਵਿੱਚੋਂ ਪੰਜਾਬ ਪੁਲਿਸ ਕਾਂਸਟੇਬਲ ਦੀ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਉਸਦੀ ਯੋਗਿਤਾ ਦਾ ਪਤਾ ਹੋਣਾ ਚਾਹੀਦਾ ਅਤੇ ਸਰੀਰਕ ਤੌਰ 'ਤੇ ਕੀ ਯੋਗਤਾ ਮੰਗੀ ਜਾਂਦੀ ਹੈ ਕਾਂਸਟੇਬਲ ਦੀ ਪੋਸਟ ਵਾਸਤੇ ਇਸ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਪ੍ਰੀਖਿਆ ਦਾ ਸਿਲੇਬਸ ਦੋਸਤੋ ਇਸ ਵਾਰ ਕਾਂਸਟੇਬਲ ਦੀ ਸਿਲੈਕਸ਼ਨ ਵਾਸਤੇ ਆਪਾਂ ਨੂੰ ਸੀਬੀਟੀ ਐਗਜ਼ਾਮ ਜਿਹੜਾ ਉਹ ਦੇਣਾ ਪਵੇਗਾ ਇਸ ਸਿਲੇਬਸ ਨੂੰ ਆਪਾਂ ਕਿਵੇਂ ਕਵਰ ਕਰਨਾ ਕਿਵੇਂ ਪੂਰੀ ਐਗਜ਼ਾਮ ਦੀ ਤਿਆਰੀ ਕਰਨੀ ਹੈ ਉਸ ਲਈ ਬੈਸਟ ਕਿਤਾਬਾਂ ਕਿਹੜੀ ਨੇ ਇਹਨਾਂ ਬਾਰੇ ਚਾਰ ਟੌਪਿਕਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਚਲੋ ਬਿਨਾਂ ਟਾਈਮ ਵੇਸਟ ਕਰਦੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਯੋਗਤਾ ਕੀ ਮੰਗੀ ਜਾਂਦੀ ਹੈ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਲਈ ਦੋਸਤੋ ਜੇ ਤੁਸੀਂ 12ਵੀਂ ਪਾਸ ਹੋ ਤਾਂ ਇਸ ਪੋਸਟ ਵਾਸਤੇ ਐਲੀਜੀਬਲ ਹੋ ਮਤਲਬ ਕਾਂਸਟੇਬਲ ਦੀ ਪੋਸਟ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਦੋਸਤੋ ਗੱਲ ਇਹ ਹੈ ਕਿ ਪੰਜਾਬੀ ਨਾਲ ਆਪਣਾ ਆਪਣੀ 10ਵੀਂ ਕਲਾਸ ਜਿਹੜੀ ਉਹ ਪਾਸ ਹੋਣੀ ਲਾਜ਼ਮੀ ਦੱਸੀ ਗਈ ਹੈ ਇਸ ਵਿੱਚ ਐਂਡ 12ਵੀਂ ਵਿੱਚ ਕੋਈ ਪਰਸੈਂਟੇਜ ਦੀ ਡਿਮਾਂਡ ਨਹੀਂ ਕੀਤੀ ਗਈ ਤੁਸੀਂ ਜੇ ਪਾਸ ਵੀ ਹੋ ਨੋਰਮਲ ਤਾਂ ਅਪਲਾਈ ਕਰ ਸਕਦੇ ਹੋ ਉਸ ਪੋਸਟ ਨੂੰ ਬਟ ਪਰਸੈਂਟੇਜ ਦੀ ਵੀ ਜ਼ਰੂਰਤ ਪੈਂਦੀ ਹੈ ਇਸ ਪੋਸਟ ਵਿੱਚ ਅੱਗੇ ਤੁਹਾਨੂੰ ਦੱਸਦਾ ਕਿਵੇਂ ਆਪਾਂ ਨੂੰ ਪਰਸੈਂਟੇਜ ਦੇ ਵੀ ਨੰਬਰ ਮਿਲਦੇ ਨੇ ਐਂਡ ਦੋਸਤੋ ਸਰੀਰਕ ਟੈਸਟ ਐਂਡ ਯੋਗਤਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੁਰਸ਼ ਉਮੀਦਵਾਰ ਦੀ ਗੱਲ ਕਰ ਲੈਂਦੇ ਹਾਂ ਦੋਸਤੋ ਪੁਰਸ਼ ਉਮੀਦਵਾਰ ਨੂੰ 6:30 ਵਿੱਚ 1600 ਮੀਟਰ ਦੀ ਦੌੜ ਕੱਢਣੀ ਹੁੰਦੀ ਹੈ ਅਤੇ ਹਾਈ ਜੰਪ ਦੀ ਗੱਲ ਕਰੀਏ 3.80 ਮੀਟਰ ਦੇ 3 ਚਾਂਸ ਮਿਲਦੇ ਨੇ ਦੋਸਤੋ ਆਪਾਂ ਨੂੰ ਲੰਬੀ ਛਾਲ ਮਾਰਨ ਦੇ ਅਤੇ ਉੱਚੀ ਛਾਲ ਦੀ ਗੱਲ ਕਰੀਏ ਤਾਂ 1.10 ਮੀਟਰ ਦੀ ਆਪਾਂ ਨੂੰ 3 ਚਾਂਸ ਮਿਲਦੇ ਨੇ ਅਤੇ ਉਹ ਆਪਾਂ ਨੂੰ ਕਲੀਅਰ ਕਰਨਾ ਪੈਂਦਾ ਹੈ ਅਤੇ ਮਹਿਲਾ ਉਮੀਦਵਾਰ ਦੀ ਗੱਲ ਕਰੀਏ ਤਾਂ 4 ਮਿੰਟ ਵਿੱਚ ਆਪਾਂ ਨੂੰ 80 ਮੀਟਰ ਦੌੜ ਕੱਢਣੀ ਪੈਂਦੀ ਹੈ ਅਤੇ ਉੱਚੀ ਛਾਲ ਲਿਖਿਆ ਗਿਆ ਬਟ ਇੱਥੇ ਲੰਬੀ ਛਾਲ ਆਪਾਂ ਮੰਨ ਲੈਂਦੇ ਹਾਂ ਇੱਥੇ ਅਤੇ ਲੰਬੀ ਛਾਲ ਜਿਹੜੀ ਉਹ 3 ਮੀਟਰ ਦੀ ਮੰਗੀ ਜਾਂਦੀ ਹੈ ਇਸ ਵਿੱਚ ਅਤੇ ਉੱਚੀ ਛਾਲ 0.95 ਮੀਟਰ ਦੀ ਹੋਣੀ ਚਾਹੀਦੀ ਹੈ ਦੋਸਤੋ ਮੇਲ ਅਤੇ ਫੀਮੇਲ ਦੋਵਾਂ ਨੂੰ ਹੀ ਜਿਹੜਾ ਕਿ ਦੌੜ ਦਾ ਚਾਂਸ ਸਿਰਫ ਇੱਕ ਮਿਲਦਾ ਹੈ ਸਭ ਤੋਂ ਪਹਿਲਾਂ ਦੌੜ ਦਾ ਚਾਂਸ ਹੁੰਦਾ ਰਨਿੰਗ ਕਰਨ ਦਾ ਜੋ ਤੁਸੀਂ ਕਲੀਅਰ ਕਰ ਲਈ ਲੌਂਗ ਜੰਪ ਐਂਡ ਹਾਈ ਜੰਪ ਤੱਕ ਜਾਣ ਦਾ ਮੌਕਾ ਮਿਲਦਾ ਅਤੇ ਲੌਂਗ ਜੰਪ ਅਤੇ ਹਾਈ ਜੰਪ ਦੇ 3-3 ਮੌਕੇ ਮਿਲਦੇ ਤਿੰਨਾਂ ਵਿੱਚੋਂ ਇੱਕ ਵਾਰ ਵੀ ਜੇ ਤੁਸੀਂ ਲੌਂਗ ਜੰਪ ਦਾ ਜਿਹੜਾ ਦਾਇਰਾ ਹੁੰਦਾ ਉਹ ਕਲੀਅਰ ਕਰ ਗਏ ਜਾਂ ਹਾਈ ਜੰਪ ਦਾ ਜਿਹੜੀ ਹਾਈਟ ਹੁੰਦੀ ਆ ਉਹ ਟੱਪ ਗਏ ਤਾਂ ਤੁਹਾਨੂੰ ਸਿਲੈਕਸ਼ਨ ਅੱਗੇ ਦਾ ਪ੍ਰੋਸੈਸ ਵਿੱਚ ਮਿਲ ਜਾਵੇਗਾ ਸੋਰੀ ਦੋਸਤੋ ਤੁਹਾਨੂੰ ਹਾਈਟ ਦੀ ਐਲੀਜੀਬਿਲਟੀ ਬਾਰੇ ਦੱਸਣਾ ਮੈਂ ਭੁੱਲ ਗਿਆ ਬਟ ਇੱਥੇ ਆਪਾਂ ਕਲੀਅਰ ਕਰ ਲੈਂਦੇ ਹਾਂ ਜਿਹੜੀ ਮੇਲ ਦੀ ਹਾਈਟ ਉਹ 5'7" ਜਾਂ 5'7" ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਫੀਮੇਲ ਦੀ ਹਾਈਟ ਹੈ ਜਿਹੜੀ 5'3" ਜਾਂ 5'3" ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਇਹ ਤੁਹਾਡੇ ਸਾਹਮਣੇ ਹੈ ਕਿ ਆਪਾਂ ਨੂੰ ਹਾਈਟ ਵਾਈਜ਼ ਕਿੰਨੇ ਨੰਬਰ ਮਿਲਦੇ ਨੇ ਦੋਸਤੋ ਜੇ ਤੁਸੀਂ ਰੇਸ ਲੌਂਗ ਜੰਪ ਅਤੇ ਹਾਈ ਜੰਪ ਕੱਢ ਲੈਣ ਤਾਂ ਤੁਹਾਨੂੰ ਉਸਦੇ 15 ਨੰਬਰ ਮਿਲਦੇ ਨੇ ਅਤੇ ਜੇ ਤੁਹਾਡੀ ਹਾਈਟ 5'7" ਹੈ ਤਾਂ ਤੁਹਾਨੂੰ 10 ਨੰਬਰ ਐਕਸਟਰਾ ਮਿਲਣਗੇ ਮਤਲਬ 25 ਨੰਬਰ ਤੁਹਾਡੇ ਹੋ ਜਾਣਗੇ ਅਤੇ ਜੇ ਤੁਹਾਡੀ 5'8" ਹਾਈਟ ਹੈ ਤਾਂ 11 ਨੰਬਰ ਮਿਲਣਗੇ ਤਾਂ 26 ਨੰਬਰ ਤੁਹਾਡੇ ਹੋ ਜਾਣਗੇ ਇਸੇ ਤਰ੍ਹਾਂ ਜੇ 5'10" ਹੈ ਤਾਂ ਤੁਹਾਨੂੰ ਉਸਦੇ 13 ਨੰਬਰ ਮਿਲਦੇ ਨੇ ਪਹਿਲਾਂ ਇਸੇ ਤਰ੍ਹਾਂ ਤੁਹਾਨੂੰ 30 ਨੰਬਰ ਲੈਣੇ ਹੁੰਦੇ ਸੀ 30 ਨੰਬਰ ਤੋਂ ਬਾਅਦ ਜਿਹੜੀ ਮੈਰਿਟ ਲਿਸਟ ਉਹ ਸਟਾਰਟ ਹੋ ਜਾਂਦੀ ਸੀ ਬਟ ਇਸ ਵਾਰ ਕਾਂਸਟੇਬਲ ਦੀ ਪੋਸਟ ਵਾਸਤੇ ਵੀ ਜਿਹੜਾ ਐਗਜ਼ਾਮ ਦਾ ਕ੍ਰਾਈਟੇਰੀਆ ਇਹਨਾਂ ਨੇ ਰੱਖ ਦਿੱਤਾ ਗਿਆ ਅਤੇ ਉਸ ਬਾਰੇ ਹਾਲੇ ਕਲੀਅਰ ਨਹੀਂ ਦੱਸ ਸਕਦੇ ਕਿ ਐਗਜ਼ਾਮ ਮਤਲਬ ਕਿ ਕਿੰਨੇ ਨੰਬਰ ਜੁੜਨਗੇ ਟੋਟਲ ਪ੍ਰੈਜੈਂਟੇਸ਼ਨ ਵਿੱਚ ਜਦੋਂ ਤੱਕ ਜੋਬ ਦਾ ਆਪਸ਼ਨ ਨੋਟੀਫਿਕੇਸ਼ਨ ਰਿਲੀਜ਼ ਨਹੀਂ ਹੁੰਦਾ ਅਸੀਂ ਬੈਸਟ ਪ੍ਰੋਬੇਬਿਲਿਟੀ ਹੀ ਦੱਸ ਸਕਦੇ ਹਾਂ ਪਰ ਦੋਸਤੋ ਉਸਦੇ ਫਿਕਰ ਤੁਸੀਂ ਨਾ ਕਰੋ ਤੁਹਾਡਾ ਫੋਕਸ ਕੀ ਹੋਣਾ ਚਾਹੀਦਾ ਤੁਹਾਨੂੰ ਪਤਾ ਚੱਲ ਗਿਆ ਹੈ ਕਿ ਕਾਂਸਟੇਬਲ ਦਾ ਐਗਜ਼ਾਮ ਹੋਵੇਗਾ CPT ਹੋਵੇਗਾ ਦੋਸਤੋ ਅਤੇ ਇਸ ਦੀ ਤਿਆਰੀ ਕਰਨ ਦਾ ਆਪਣਾ ਫਰਜ਼ ਬਣਦਾ ਹੈ ਅਤੇ ਇਹ ਤੁਹਾਡੇ ਸਾਹਮਣੇ ਸਿਲੇਬਸ ਹੈ ਅਤੇ ਇਸ ਤੋਂ ਬਾਹਰ ਸਿਲੇਬਸ ਵਿੱਚ ਕੁਛ ਨਹੀਂ ਆਏਗਾ ਜਸਟ ਕਰਨਾ ਕੀ ਹੈ ਤੁਸੀਂ ਸਕਰੀਨਸ਼ੋਟ ਲੈ ਲੈਣਾ ਹੈ ਅਤੇ ਹੁਣ ਤੁਹਾਨੂੰ ਦੱਸ ਦੇਣਾ ਇਹ ਸਿਲੇਬਸ ਕਵਰ ਆਪਾਂ ਕਿੱਥੋਂ ਕਰਨਾ ਤਾਂ ਦੋਸਤੋ ਤੁਹਾਨੂੰ ਬਹੁਤ ਸਾਰੇ ਯੂਟਿਊਬ ਚੈਨਲ ਰੈਕਮੈਂਡ ਕਰ ਦੇਣਗੇ ਕਿ ਇਹ ਬੁੱਕ ਖਰੀਦ ਲਓ ਇਸ ਸਿਲੇਬਸ ਲਈ ਜਿਵੇਂ ਜਰਨਲ ਅਵੇਅਰਨੈਸ ਦੀ ਅਲੱਗ ਬੁੱਕ ਦੱਸ ਦੇਣਗੇ ਲੋਜੀਕਲ ਰੀਜ਼ਨਿੰਗ ਦੀ ਅਲੱਗ ਦੱਸ ਦੇਣਗੇ ਮੈਥ ਦੀ ਅਲੱਗ ਦੱਸ ਦੇਣਗੇ ਇਹ ਬੁੱਕਸ ਕੋਸਟਲੀ ਅਤੇ ਕਨਫਿਊਜ਼ਨ ਕ੍ਰੀਏਟ ਕਰਦੀਆਂ ਨੇ ਤਾਂ ਕਰਕੇ ਅੱਜ ਆਪਾਂ ਸਿੱਧੇ ਇੱਕ ਬੁੱਕ ਬਾਰੇ ਗੱਲ ਕਰ ਲਾਂਗੇ ਜਿਹੜੇ ਕਿ ਸਵਰਨ ਦੁਆਰਾ ਦੋਸਤੋ ਸਵਰਨ ਦਾ ਨਾਮ ਆਪਾਂ 10ਵੀਂ 8ਵੀਂ 9ਵੀਂ 7ਵੀਂ ਕਲਾਸ ਵਿੱਚ ਕਾਫੀ ਸੁਣਿਆ ਹੈ ਕਿਉਂਕਿ ਜਿਹੜੇ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਦੇ ਸੀ ਉਹ ਇਸ ਕੰਪਨੀ ਦੇ ਗਾਈਡ ਖਰੀਦਦੇ ਸੀ ਅਤੇ ਇਸਦੇ ਗੈਸ ਪੇਪਰ ਵੀ ਬਹੁਤ ਆਉਂਦੇ ਸੀ ਮੈਂ ਖੁਦ ਬਹੁਤ ਪੜ੍ਹਿਆ ਸਵਰਨ ਵਿੱਚੋਂ ਤਾਂ ਦੋਸਤੋ ਇਹ ਬੁੱਕ ਸਵਰਨ ਪਬਲੀਕੇਸ਼ਨ ਨੇ ਕੱਢੀ ਹੈ ਪੰਜਾਬ ਪੁਲਿਸ ਕਾਂਸਟੇਬਲ ਵਾਸਤੇ ਜਿਸ ਵਿੱਚ ਸਾਰੇ ਟੋਪਿਕ ਇਹਨਾਂ ਨੇ ਬੜੀ ਚੰਗੀ ਤਰ੍ਹਾਂ ਕਲੀਅਰੀਫਾਈ ਕੀਤੇ ਹੋਏ ਨੇ ਬਟ ਦੋਸਤੋ ਤੁਹਾਨੂੰ ਸ਼ਾਇਦ ਤੁਹਾਡੇ ਨੇੜੇ ਦੇ ਬੁੱਕ ਡਿਪੂ 'ਤੇ ਇਹ ਬੁੱਕ ਨਾ ਮਿਲੇ ਮੇਬੀ ਮਿਲ ਵੀ ਸਕਦੀ ਹੈ ਬਟ ਕੋਈ ਦਿੱਕਤ ਨਹੀਂ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਇਸ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾ ਦਿੱਤਾ ਹੈ ਉੱਥੇ ਜਾ ਕੇ ਤੁਸੀਂ 2 ਮਿੰਟ ਦੇ ਅੰਦਰ ਅੰਦਰ ਇਹ ਬੁੱਕ ਖਰੀਦ ਸਕਦੇ ਹੋ ਅਤੇ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਇਹ ਡਿਲੀਵਰ ਕਰ ਦਿੱਤੀ ਹੋਵੇਗੀ ਐਂਡ ਜੇ ਕੋਈ ਦਿੱਕਤ ਆਉਂਦੀ ਹੈ ਇਸਨੂੰ ਖਰੀਦਣ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਮੈਂ ਨੈਕਸਟ ਪਾਰਟ ਹੈ ਇਸਨੂੰ ਔਨਲਾਈਨ ਕਿਵੇਂ ਪਰਚੇਜ਼ ਕਰਨਾ ਹੈ ਕਿਵੇਂ ਖਰੀਦਣਾ ਤੁਹਾਨੂੰ ਸਮਝਾ ਦੇਗਾ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ